ਹਸਪਤਾਲ ਚਾਰਬੱਤੀ ਚੌਂਕ ਕਪੂਰਥਲਾ ਦੇ ਵਿੱਚ ਵਿਚਾਰੇ ਪਿਆਰ ਪ੍ਰਵਾਸੀ ਇੱਕ ਰਕਸ਼ੇ ਵਾਲੇ ਦਾ ਮੁੰਡਾ ਮਰ ਗਿਆ ਤੇ ਇਲਾਜ ਦੇ ਦੌਰਾਨ ਇੱਕ 3 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਬੱਚਾ ਅਚਾਨਕ ਹੀ ਬੈੱਡ ਤੋਂ ਹੇਠਾਂ ਡਿੱਗ ਗਿਆ ਸੀ, ਜਿਸ ਦੇ ਕਾਰਨ ਉਸਦੀ ਕੂਹਣੀ ਦੇ ਵਿੱਚ ਕਿਹਾ ਜਾ ਰਿਹਾ ਕਿ ਫ੍ਰੈਕਚਰ ਆ ਗਿਆ ਸੀ, ਜਿਸ ਤੋਂ ਬਾਅਦ ਉਸਨੂੰ ਜਦੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤਾਂ ਉਸਦਾ ਕੂਹਣੀ ਦਾ ਸਫਲ ਓਪਰੇਸ਼ਨ ਹੁੰਦਾ ਅਤੇ ਉਸ ਤੋਂ ਬਾਅਦ ਇੱਕਦਮ ਅਚਾਨਕ ਹੀ 3 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਕਾਫੀ ਗੁੱਸੇ ਦੇ ਵਿੱਚ ਆ ਜਾਂਦੇ ਨੇ। ਡਾਕਟਰਾਂ ਦੇ ਉੱਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਨੇ ਅਤੇ ਇਸ ਦੇ ਨਾਲ ਹੀ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਹਸਪਤਾਲ ਦੇ ਬਾਹਰ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਤਾਂ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਬੱਚੇ ਦੀ ਕੂਹਣੀ ਦਾ ਆਪਰੇਸ਼ਨ ਹੁੰਦਾ ਅਤੇ ਆਪਰੇਸ਼ਨ ਤੋਂ ਬਾਅਦ ਕਿਹਾ ਜਾ ਰਿਹਾ ਕਿ ਬੱਚੇ ਦੀ ਮੌਤ ਹੋ ਜਾਂਦੀ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਡਾਕਟਰਾਂ ਦੇ ਉੱਤੇ ਵੀ ਲਾਪਰਵਾਹੀ ਦੇ ਇਲਜ਼ਾਮ ਲਗਾਏ ਜਾਂਦੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਦਾ ਜੇਕਰ ਸਹੀ ਤਰੀਕੇ ਦੇ ਨਾਲ ਇਲਾਜ ਕੀਤਾ ਹੁੰਦਾ ਤਾਂ ਅੱਜ ਉਹਨਾਂ ਦਾ ਬੱਚਾ ਉਹਨਾਂ ਦੇ ਵਿੱਚ ਮੌਜੂਦ ਹੁੰਦਾ, ਪਰ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਹੀ ਇਹ ਅਚਾਨਕ ਹੀ ਉਸਦੀ ਮੌਤ ਹੋ ਗਈ। ਦੂਜੇ ਪਾਸੇ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਸਫਲ ਓਪਰੇਸ਼ਨ ਕੀਤਾ ਗਿਆ ਸੀ, ਇੱਕਦਮ ਹੀ ਬੱਚੇ ਦੀ ਮੌਤ ਹੋ ਗਈ। ਹਾਲਾਂਕਿ ਜੇਕਰ ਪਰਿਵਾਰਕ ਮੈਂਬਰਾਂ ਨੂੰ ਕੋਈ ਸ਼ੱਕ ਹੈ ਤਾਂ ਉਹ ਉਸਦਾ ਪੋਸਟਮਾਰਟਮ ਕਰਵਾ ਲੈਣ, ਜੇਕਰ ਕੋਈ ਗਲਤੀ ਬਣਦੀ ਹੈ ਤਾਂ ਉਸਦੇ ਅਕੋਰਡਿੰਗ ਜੋ ਵੀ ਸਜ਼ਾ ਬਣਦੀ ਹੋਵੇਗੀ ਉਹ ਭੁਗਤਣ ਦੇ ਲਈ ਤਿਆਰ ਨੇ। ਤਾਂ ਇਹ ਡਾਕਟਰਾਂ ਦਾ ਵੀ ਬਿਆਨ ਸਾਹਮਣੇ ਆਇਆ। ਕਪੂਰਥਲਾ ਦੇ ਵਿੱਚ ਇੱਕ 3 ਸਾਲ ਦੇ ਮਾਸੂਮ ਦੀ ਇਲਾਜ ਦੇ ਦੌਰਾਨ ਮੌਤ ਹੋਈ ਹੈ, ਬੈੱਡ ਤੋਂ ਹੇਠਾਂ ਡਿੱਗਿਆ ਸੀ, ਕੂਹਣੀ ਦੇ ਵਿੱਚ ਫ੍ਰੈਕਚਰ ਆਇਆ ਸੀ ਅਤੇ ਉਸਦਾ ਓਪਰੇਸ਼ਨ ਕਰਵਾਉਣ ਦੇ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਹੁੰਚੇ ਸੀ, ਜਿੱਥੇ ਕਿ ਇਲਾਜ ਦੌਰਾਨ 3 ਸਾਲ ਦੇ ਮਾਸੂਮ ਨੇ ਦਮ ਤੋੜ ਦਿੱਤਾ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਡਾਕਟਰਾਂ ਦੇ ਉੱਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਗਏ ਨੇ। ਮੰਗ ਅਸੀਂ ਇਹ ਕਰਦੇ ਕਿ ਸਾਨੂੰ ਇਨਸਾਫ ਮਿਲੇ। ਸਾਡੇ ਕੋਲ ਹਲੇ ਤੱਕ ਡਾਕਟਰ ਨਾਲ ਗੱਲ ਕੀਤੀ ਆ, ਨਾ ਸਾਹਮਣੇ ਆਏ ਆ, ਪਤਾ ਨਹੀਂ ਕਿੱਥੇ ਲੁਕ ਕੇ ਬੈਠੇ ਆ, ਸਾਨੂੰ ਨਹੀਂ ਪਤਾ। ਕਿੰਨੇ ਸਾਲ ਦਾ ਸੀ ਬੱਚਾ? ਬੱਚਾ 2.5 ਸਾਲ ਦਾ ਸੀ, ਸਾਡੇ 3 ਸਾਲ ਸਾਡੇ 3 ਸਾਲ ਦਾ ਸੀ। ਸਾਰੇ ਦੁਨੀਆ ਦੇਖੂਗਾ ਕਿ ਹਸਪਤਾਲ ਵਿੱਚ ਕੀ ਕਾਨੂੰਨ ਹੁੰਦੇ ਆ, ਕਿੱਦਾਂ ਦੀ ਕੰਮ ਹੁੰਦਾ, ਬੱਚੇ ਦੇ ਕਿਰਨੀਆਂ ਨਿਕਾਲ ਕੇ ਵੇਚਦੇ ਆ। ਇਹ ਲੜਕੇ ਦੇ ਪਰਸੋਂ ਮੰਜੇ ਤੋਂ ਡਿੱਗ ਗਿਆ ਸੀ, ਬਾਂਹ ਤੇ ਸਾਡਾ ਟੁੱਟ ਗਿਆ ਬਾਂਹ। ਉਹਨੂੰ ਮੈਂ ਕੱਲ ਆਇਆ ਸਵੇਰੇ, ਗਿਆ ਸੀ ਉੱਥੇ ਕੀ ਕਹਿੰਦੇ ਹੱਤਾ ਵਾਲਾ ਹੈਗਾ ਡਾਕਟਰ ਸਲਮਾਨ ਪੀਰ ਚੌਧਰੀ, ਉਹਨਾਂ ਕੋਲ ਗਿਆ ਸੀ। ਉਹਨਾਂ ਨੇ ਭੇਜਤਾ ਇੱਥੇ, ਉਹਨਾਂ ਨੇ ਕਿਹਾ ਜੇ ਹੱਡੀ ਟੁੱਟਿਆ ਹੋਇਆ ਵਾ, ਜੇ ਉੱਥੇ ਆਪਰੇਸ਼ਨ ਹੋਊਗਾ ਫਿਰ ਹੋਊਗਾ ਤੇ ਲੈ ਕੇ ਆਇਓ। ਉੱਥੋਂ ਮੈਂ ਆਇਆ ਇੱਥੇ, ਇੱਥੇ ਆ ਕੇ ਇਹਨਾਂ ਨੂੰ ਕਿਹਾ ਤੇ ਕਹਿੰਦੇ ਕੋਈ ਨਹੀਂ ਹੋ ਜੂਗਾ। ਤੇ ਮੈਂ ਉਹੀ ਮੈਂ ਕਿਹਾ ਕੋਈ ਨਹੀਂ, ਜੇ ਕਿੰਨਾ ਫੀਸ? ਕਹਿੰਦੇ 20,000। ਮੈਂ ਕਿਹਾ ਕੋਈ ਨਹੀਂ, ਜੇ ਮੈਂ ਸਲਾਹ ਕਰਕੇ ਸ਼ਾਮ ਨੂੰ ਮੈਂ ਦੱਸੂੰਗਾ ਤੁਹਾਨੂੰ। ਤੇ ਮੈਂ ਗਿਆ ਆਪਣੇ ਮਾਲਕ ਨਾਲ ਸਲਾਹ ਕੀਤੇ ਤੇ ਕਹਿੰਦੇ ਕੋਈ ਨਹੀਂ, ਚੱਲ ਰਹੀ ਆ ਉੱਥੇ, ਪੁੱਛ ਲੈਂਦੇ ਹਾਂ। ਕਿੰਨੇ ਸਾਲ ਦਾ ਸੀ ਬੱਚਾ? 3.5 ਸਾਲ ਦਾ। ਤੇ ਕੀ ਹੋਇਆ ਕਿ ਆਪਰੇਸ਼ਨ ਤੋਂ ਬਾਅਦ? ਆਪਰੇਸ਼ਨ ਤੋਂ ਬਾਅਦ ਹਾਂ ਠੀਕ ਹੋ ਗਏ ਸੀ। ਹਾਂਜੀ, ਅਚਾਨਕ 5:30 ਵਜੇ ਜਾ ਕੇ ਫਿਨਿਸ ਖਤਮ ਹੋ ਗਿਆ। ਸਵੇਰੇ 4 ਵਜੇ ਤੋਂ ਕਹੇ ਜੇ 4 ਵਜੇ ਤੱਕ, 4 ਵਜੇ ਤੋਂ ਬਾਅਦ ਕੁਛ ਨਹੀਂ ਦੇਣਾ, ਨਾ ਪਾਣੀ ਦੇਣਾ, 4 ਵਜੇ ਤੋਂ ਬਾਅਦ ਪਾਣੀ ਵੀ ਨਹੀਂ ਦੇਣਾ। ਕਿੰਨੀ ਦੇਰ ਹੋ ਗਈ ਹੁਣ ਡੈਥ ਹੋਈ? 5:30 ਵਜੇ ਹੋਇਆ ਵਾ। ਤੇ ਤੁਹਾਨੂੰ ਦੱਸਦਾ ਸੀ ਉਹਨਾਂ ਨੇ? ਦੱਸਦਾ ਨਹੀਂ, ਮੈਂ ਖੁਦ ਉਹਨਾਂ ਨੂੰ ਕਿਹਾ ਵਾ ਜੇ ਜਾ ਕੇ ਡਾਕਟਰ ਸਾਹਿਬ ਜੇ ਦੇਖੋ ਜੇ
ਸਾਹ ਨਹੀਂ ਚੱਲਦਾ ਪਿਆ, ਕਹਿੰਦੇ ਕੋਈ ਨੀ ਜੇ ਮੈਂ ਦੇਖਦਾ ਪਿਆ ਵਾ, ਮੈਨੂੰ ਤੇ ਮੇਰੇ ਘਰ ਵਾਲੇ ਨੂੰ ਬਾਹਰ ਕੱਢਤੇ ਤੇ ਅੰਦਰ ਗੇਟ ਬੰਦ ਕਰਕੇ ਹੁਣ ਪਤਾ ਨੀ ਕੀ ਕੀਤਾ ਕੀ ਨਹੀਂ, ਕੀ ਮੰਗੀ ਕਰਦੇ ਮੰਗੀ ਕਰਦੇ ਮੂੰਹ ਚੋਂ ਖੂਨ ਨਿਕਲਦਾ ਪਿਆ, ਮੂੰਹ ਚੋਂ ਖੂਨ ਵਗਦਾ ਪਿਆ, ਕੁਛ ਹੋਇਆ ਤੇ ਕੁਛ ਹੋਇਆ ਤਾਂ ਮੂੰਹ ਤੋਂ ਖੂਨ ਤਾਂ ਨਹੀਂ ਆਉਣਾ ਚਾਹੀਦਾ ਨਾ, ਮੈਂ ਬਾਂਹ ਟੁੱਟਿਆ ਕਿ ਧੜਕਾ ਥੋੜੀ ਟੁੱਟ ਗਿਆ ਵਾ ਜੇ ਅਚਾਨਕ ਮ੍ਰਿਤੂ ਹੋ ਜਾਏ, ਇਹਦੇ ਵਿੱਚ ਕਿਹਦੀ ਗਲਤੀ ਮੰਨਦੇ ਹੋ? ਗਲਤੀ ਤਾਂ ਡਾਕਟਰ ਦੀ ਹੈ, ਇਹਦੇ ਵਿੱਚ ਡਾਕਟਰ ਨੇ ਪਾਣੀ ਨਹੀਂ ਇੱਕ ਗਿਲਾਸ ਦਿੱਤਾ। ਬੱਚਾ ਨਾ ਬੜੀ ਕਈ ਹਸਪਤਾਲਾਂ ਚੋਂ ਜਵਾਬ ਲੈ ਕੇ ਬੜੀ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਇਆ ਤੇ ਕੁਛ ਸ਼ਹਿਰ ਦੇ ਮੋਦਵੀਰ ਬੰਦਿਆਂ ਨੇ ਸਾਨੂੰ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਕੋਸ਼ਿਸ਼ ਕਰਕੇ ਦੇਖੋ, ਜੇ ਬੱਚੇ ਦਾ ਕੋਈ ਬਚਾਅ ਹੁੰਦਾ ਤਾਂ ਜ਼ਰੂਰ ਕੋਸ਼ਿਸ਼ ਕਰੋ, ਅਸੀਂ ਤੁਹਾਡੇ ਕੋਲ ਹੀ ਇਹਦਾ ਕੰਮ ਇਲਾਜ ਕਰਵਾਉਣਾ ਅਤੇ ਅਸੀਂ ਇਹਦਾ ਸਾਰੀ ਸੀਰੀਅਸਨੈਸ ਸਮਝਾ ਕੇ ਸਾਰੇ ਦਸਖਤ ਕਰਾ ਕੇ ਐਕਸਟਰਾ ਰਿਸਕ ਸਮਝਾ ਕੇ ਇਹਦਾ ਓਪਰੇਸ਼ਨ ਕੀਤਾ। ਅੱਜ ਸਵੇਰੇ ਆਇਆ, ਵੈਸੇ ਦੋ ਤਿੰਨ ਦਿਨ ਪਹਿਲਾਂ ਵੀ ਚੱਕਰ ਮਾਰ ਕੇ ਜਾਂਦਾ ਰਿਹਾ, ਇੱਥੋਂ ਆ ਕੇ ਦਿਖਾ ਕੇ ਚਲਾ ਜਾਂਦਾ ਸੀਗਾ। ਬੱਚੇ ਦੀ ਬਾਂਹ ਹੱਡੀ ਟੁੱਟੀ ਸੀ, ਅਸੀਂ ਕੋਸ਼ਿਸ਼ ਕਾਫੀ ਕੀਤੀ ਪਰ ਨਹੀਂ, ਰਿਵਾਈਵ ਨਹੀਂ ਕਰ ਸਕਿਆ। ਬੱਚੇ ਦੇ ਪਰਿਵਾਰ ਵੱਲੋਂ ਤੁਹਾਡੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਸਾਨੂੰ ਦੱਸਿਆ ਤੱਕ ਨਹੀਂ ਕਿ ਬੱਚੇ ਦੀ ਜਿਹੜੀ ਮੌਤ ਹੋ ਚੁੱਕੀ ਹੈ। ਬੱਚੇ ਦੀ ਮੌਤ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ, ਤੁਹਾਡੇ ਸਾਹਮਣੇ ਹੀ ਹੈ, ਜਿਹੜੇ ਬੰਦੇ ਦੇ ਨਾਲ ਆਏ ਇਸੇ ਕਰਕੇ ਆਏ, ਮੌਤ ਸਮਝਾਇਆ ਵੀ ਇਹਦੀ ਮੌਤ ਹੋ ਚੁੱਕੀ ਹੈ, ਇਹ ਨਾਲੇ ਕਿਹੜੀ ਲਗੋਈ ਜਾ ਸਕਦੀ ਗੱਲ ਵੀ ਮੌਤ ਕੋਈ ਲਗਾਉਣ ਵਾਲੀ ਗੱਲ ਤਾਂ ਹੈ ਨਹੀਂ। ਉਹਨਾਂ ਦਾ ਇਹ ਵੀ ਕਹਿਣਾ ਕਿ ਇਲਾਜ ਜਿਹੜਾ ਉਹ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਡਾਕਟਰ, ਇਹ ਤਾਂ ਹਮੇਸ਼ਾ ਜਿਹੜਾ ਮਰੀਜ਼ ਦੇ ਨਾਲ ਦੇ ਹਰ ਡਾਕਟਰ ਦੇ ਇਲਜ਼ਾਮ ਲਾਉਂਦੇ ਆ, ਬਾਕੀ ਜੇ ਕੋਈ ਲੱਗਦਾ ਸਾਡੇ 'ਚ ਕਮੀ ਹੈ ਅਸੀਂ ਉਹਨਾਂ ਕਹਿੰਦੇ ਪੋਸਟਮਾਰਟਮ ਕਰਾ ਕੇ ਦੇਖ ਲਓ, ਸਾਡੀ ਜੇ ਕੋਈ ਨੁਕਸਾ ਤੁਹਾਡਾ ਨਿਕਲੂਗਾ ਪੋਸਟਮਾਰਟਮ। ਅਤੇ ਹੁਣ ਕਿਸ ਤਰ੍ਹਾਂ ਤੁਹਾਡਾ ਨਿਬੜੇਗਾ, ਕਿਉਂਕਿ ਉਹ ਬਾਹਰ ਤੁਹਾਡੇ ਹੋਸਪਿਟਲ ਦੇ ਬੈਠ ਗਏ ਆ ਉਹ, ਅਤੇ ਤੁਹਾਡੀ ਗੱਲਬਾਤ ਹੋਈ ਉਹਨਾਂ ਨੂੰ? ਮੈਨੂੰ ਤਾਂ ਉਹਨਾਂ ਨੇ ਕਿਹਾ ਵੀ ਤੁਹਾਡਾ ਹੈਗਾ ਵੀ ਨੁਕਸ ਹੈ ਵੀ ਤੁਹਾਡੇ 'ਚ ਤੁਸੀਂ ਗਲਤੀ ਕੀਤੀ, ਮੈਂ ਕਿਹਾ ਇਹ ਤਾਂ ਪੋਸਟਮਾਰਟਮ 'ਚ ਫੈਸਲਾ ਹੋ ਸਕਦਾ ਗਲਤੀ ਕੀਤੀ ਕਿ ਨਹੀਂ ਕੀਤੀ।